ਇਹ ਸੋਢੀ ਰਹਿ ਆ ਬੰਦਿਆਂ ਦੀ ਸਾਰਿਆਂ ਦੀ, ਸੋਢੇ ਨਾਲ ਹੀ ਸੱਚ ਮੈਂ ਖੜਾ ਆਊਂਗਾ। ਠੀਕ ਹੈ ਜੀ, ਜੇ ਤੁਸੀਂ ਮੈਨੂੰ ਬੁਲਾਉਣਾ ਚਾਹੁੰਦੇ ਸਰਪੰਚ, ਹਰ ਇੱਕ ਗੱਲ ਦੇਖ ਰਹੇ ਹੋ ਮੁੰਡਿਓ, ਕੱਢ ਤੂੰ ਲੜਕਾ ਜਿਹੜੇ ਜਿਹੜੇ ਐਂ ਕਹਾਉਂਦੇ ਬਿਨਾ ਬਦਲਾ ਮੈਥੋਂ ਥਾਣੇਦਾਰ ਪੁੱਛ ਕੇ ਬੜਾ ਕਰੂਗਾ ਪਿੰਡ 'ਚ। ਦੂਜਾ ਨੰਬਰ ਮੈਂ ਲਵਾਊਂਗਾ ਇੱਟਾਂ, ਲੋਕ ਇੱਟਾਂ ਪਿੰਡ 'ਚ ਲਵਾਊਂਗਾ, ਕੋਈ ਤੁਹਾਨੂੰ ਪਿੰਡ 'ਚ ਪਵਾ ਨਹੀਂ ਦਿਸੂਗਾ, ਕੋਈ ਖਾ ਨਹੀਂ ਦਿਸੂਗੀ, ਕਿਸੇ ਗਰੀਬ ਦਾ ਘਰ ਨਹੀਂ ਉਹਨੂੰ ਐਂ ਦਿਸੂਗਾ ਵੀ ਇਹ ਡਿੱਗਣ ਵਾਲਾ, ਜੇ ਡਿੱਗਣ ਵਾਲਾ ਹੋਇਆ ਮੈਂ ਆਪਦੇ ਵੱਲੋਂ ਉਹਨੂੰ ਪਵਾ ਕੇ ਦਊਂਗਾ ਗੌਰਮੈਂਟ ਵੱਲੋਂ। ਠੀਕ ਆ, ਉਹ 'ਤੇ ਮੈਂ ਪੂਰੀ ਪੂਰੀ ਕਾਰਵਾਈ ਕੀਤੀ। ਪੈਨਸ਼ਨ ਟੁੱਟੀ ਆ ਗਰੀਬ ਦੀ, ਮੈਂ ਉਹ ਵੀ ਲਵਾ ਕੇ ਦਊਂਗਾ, ਜੇ ਕਿਤੇ ਮਰਜ਼ੀ ਜਾਣਾ ਪੈ ਜੇ ਮੈਨੂੰ ਅਗਲੇ ਨੂੰ ਮੁਲਾਜ਼ਮ ਮੇਰੇ ਪੈਰੀ ਹੱਥ ਲਾਇਆ ਕਰਨਗੇ ਆ ਕੇ ਬਾਹਰਲੇ ਵੀ ਇਹ ਬੰਦਾ ਕਿੱਥੋਂ ਖੜਾ ਕਰਤਾ ਜਿਹੜਾ ਸਾਡਾ ਇੰਨਾ ਸਿਰ ਖਾਂਦਾ ਹੈ। ਮੈਂ ਤਾਂ ਵਹੀ ਗੱਲ ਸੁਣ ਲਓ, ਮੈਂ ਤਾਂ ਜੇਕਰ ਨਸ਼ਾ ਜਿਹੜਾ ਖਾਨਾ ਨਵੇਂ ਮੁੰਡੇ ਨੂੰ ਨਸ਼ੇ ਲੱਗਣ ਨਹੀਂ ਦਿੰਦਾ। ਠੀਕ ਹੈ, ਜਿਹੜਾ ਮੈਂ ਤਾਂ ਨਸ਼ਾ ਖਾਨਾ ਨਵੇਂ ਮੁੰਡਿਆਂ ਨੂੰ ਨਸ਼ੇ ਲੱਗਣ ਨਹੀਂ ਦਿੰਦਾ, ਤੇ ਨਵੇਂ ਮੁੰਡਿਆਂ ਵਾਸਤੇ ਜਿੰਮ ਤਿਆਰ ਕਰੂੰਗਾ ਆਪਣੇ ਵਾਸਤੇ। ਇਹ ਮੈਨੂੰ ਉੱਥੇ ਸਰਕਾਰੀ ਖਾਤੇ ਦੇ ਵਿੱਚ ਮੈਨੂੰ ਪਲਾਟਾ ਜਿੰਮ ਵਾਸਤੇ ਰੱਖਣਾ ਪੈ ਜੇ, ਮੈਂ ਉਹ ਤਿਆਰ ਹਾਂ ਰੱਖਣ ਨੂੰ। ਠੀਕ ਹੈ, ਜਿੰਮ ਦਾ ਸਮਾਨ ਜਿੰਨਾ ਖਰਚਾ ਹੋਊਗਾ ਗੌਰਮੈਂਟ ਵੱਲੋਂ ਮੈਂ ਆਪਦੇ ਪੱਲੋਂ ਦਵਾਊਂਗਾ, ਕਹਿ ਕੇ ਵੀਆਂ ਪੱਕੀਆਂ ਕਰਾਊਂਗਾ, ਕਿਸੇ ਦਾ ਮਕਾਨ ਗਰੀਬ ਦਾ ਡਿੱਗਿਆ ਉਹ ਪਵਾਊਂਗਾ। ਜੇ ਤੁਹਾਨੂੰ ਕੋਈ ਹੋਰ ਪ੍ਰੋਬਲਮ ਨਾਲਿਆਂ ਦੀ ਜਾਂ ਟੋਪਿਆਂ ਦੀ ਉਹ ਕਰਾਊਂਗਾ, ਤੇ ਜੇ ਕਿਤੇ ਤੁਹਾਡਾ ਪਾਣੀ ਨੀ ਖੜੂਗਾ ਸੜਕਾਂ ਤੇ ਉਹ ਕਰਾਊਂਗਾ। ਬਾਕੀ ਦਾ ਐਵੇਂ ਕੋਈ ਕਹਿੰਦਾ ਮੈਂ ਦਿੰਦਾ ਭੈਣ ਦੀ ਮਰਾ ਗਿਆ 15,000, ਕੋਈ ਕਹਿੰਦਾ ਮੈਂ 16,000 ਦਿੰਦਾ, ਦੇਣ ਦੂਣ ਨੂੰ ਕੋਈ ਗੱਲਾਂ ਨੀ ਹੈਗੀਆਂ। ਇਹ ਅੱਛਾ ਇੰਨੇ ਵਾਸਤੇ ਜਿੱਤ ਨੂੰ ਤਿਆਰ ਹੋ ਜਾਂਦੇ ਨੇ, ਆਪਣੇ ਲੱਗਦਾ ਭਰਾਵਾ ਕੱਖ ਨੀ। ਜਿੰਨੀ ਗ੍ਰਾਂਟ ਆਊਗੀ ਮੇਥੋਂ ਪੜ੍ਹੇ ਲਿਖੇ ਮੁੰਡੇ, ਠੀਕ ਹੈ, ਹਿਸਾਬ ਲੈ ਸਕਦੇ ਵੀ ਹਾਂ ਆਹ ਪੈਸਾ ਮੈਂਬਰ ਹੋਣਗੇ 5, ਵੀ ਆਹ ਪੈਸਾ ਕਿੱਧਰ ਜਾ ਰਿਹਾ। ਠੀਕ ਆ, ਸ਼ੈਨ ਮੇਰੇ ਹੋਣਗੇ, ਮੇਥੋਂ ਕੱਲਾ ਕੱਲਾ ਹਿਸਾਬ ਵੀ ਪੁੱਛ ਸਕਦੇ ਹੋ। ਆਪਣੇ ਸਾਰੇ ਪਿੰਡ ਅੱਗੇ ਹੱਥ ਬਣ ਕੇ ਮੇਰੀ ਬੇਨਤੀ ਆ, ਮੈਂ ਕਿਸੇ ਨੂੰ ਐਵੇਂ ਨਾ ਮਾੜਾ ਬੋਲਾਂ ਨਾ ਚੰਗਾ ਬੋਲਾਂ, ਸਾਰੇ ਜਿਹੜਾ ਮਰਜ਼ੀ ਮੇਰੇ ਬਰਾਬਰ ਖੜਾ ਹੋ ਜਾਵੇ, ਆਪਾਂ ਨੂੰ ਕੋਈ ਇਤਰਾਜ਼ ਵੀ ਨਹੀਂ, ਆਪਣਾ ਪਿੰਡ ਇੱਕ ਹੈ। ਦੂਜਾ ਨੰਬਰ, ਆਪਾਂ ਪਿੰਡ ਦੇ ਵਿੱਚ ਮਾੜਾ ਕੰਮ ਕੋਈ ਕਰਨਾ ਨਹੀਂ, ਜੇ ਕੋਈ ਮਾਸਟਰ ਪੜ੍ਹਾਈ ਤੋਂ ਗੈਰ ਹਾਜ਼ਰ ਹੁੰਦਾ ਆਪਣੇ ਸਕੂਲ ਦੇ ਵਿੱਚੋਂ ਤਾਂ ਉਹਦੀ ਮਤਲਬ ਗੈਰ ਹਾਜ਼ਰੀ ਕਰਕੇ ਉਹਨੂੰ ਡਿਸਮਿਸ, ਤੇ ਥਾਣੇਦਾਰ ਡਿਊਟੀ ਤੋਂ ਗੈਰ ਹਾਜ਼ਰ ਆ ਥਾਣੇ ਦੇ ਉਹਨੂੰ ਵੀ ਡਿਸਮਿਸ। ਤੇ ਦੂਜਾ ਨੰਬਰ, ਤੇ ਆਪਣੇ ਸਕੂਲ ਦੇ ਵਿੱਚ ਕੋਈ ਕੰਮ ਨੀ ਕਰਦਾ, ਡਿਵੈਸਰੀ ਚ ਕੰਮ ਨੀ ਕਰਦਾ ਕਿਸੇ ਦਾ, ਤੇ ਉਹ ਵੀ ਡਿਸਮਿਸ। ਤੇ ਆਪਣਾ ਕੋਈ ਟੀਕਾ ਡਾਕਟਰੀ ਲਾ ਸਰਕਾਰੀ ਜੇ ਸਨਾ ਬਣਿਆ ਹੋਇਆ ਜੇ ਸੰਗਰੂਰ ਬਣਿਆ ਹੋਇਆ ਉਹਨਾਂ ਨੂੰ ਵੀ ਡਿਸਮਿਸ। ਜੇ ਕਿੰਨਾ ਕੋਈ ਇਹ ਕੰਮ ਹੋਣ ਲੱਗਿਆ ਜਿੱਥੇ ਮੈਂ ਬਣ ਗਿਆ ਸਰਪੰਚ, ਲਾ ਲਾ ਕੇ ਡੇਕ ਦੂੰਗਾ ਵਹਿਰੂ ਆ ਖਾਲਸਾ ਤੇ ਵਹਿਗ ਜੀ ਕੀ ਫਤਿਹ। ਠੀਕ ਆ ਜਾ ਕੋਈ।